ਇਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਮੈਂ ਤੁਹਾਨੂੰ ਪੂਰਾ ਕਰਕੇ ਦੇਵਾਂਗਾ, ਜੋ ਤੁਹਾਡੇ ਵਿੱਚ ਆਏ ਨੇ ਕਿਸੇ ਗੱਲ ਲਈ ਪੂਰਾ ਕਰਾਂਗਾ। ਤਾਂ ਇਹਨਾਂ ਨੇ ਕਿਹਾ ਕਿ ਅਸੀਂ ਤੁਸੀਂ ਬਹੁਤ ਦੇਰ ਬਾਅਦ ਆਏ ਹੋ ਸਾਡੇ ਕੋਲ, ਤਾਂ ਤਿਵਾੜੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ 3.5 ਸਾਲ ਹੋ ਗਏ ਤੁਸੀਂ ਮੈਨੂੰ ਕਦੀ ਬੁਲਾਇਆ। ਜਦੋਂ ਵੀ ਜਿੱਥੇ ਇਹਨਾਂ ਨੂੰ ਬੁਲਾਇਆ ਜਾਂਦਾ ਇਹ ਉਸੀ ਟਾਈਮ ਆਪਣਾ ਟਾਈਮ ਜਿਵੇਂ ਉਸ ਟਾਈਮ ਕੱਢ ਕੇ ਪ੍ਰੋਗਰਾਮ ਸੀਨੀਅਰ ਆਗੂ ਰਾਜ ਸਿੰਘ ਨੰਗਲ ਜੀ, ਜਰਨੈਲ ਸਿੰਘ ਸੰਧੂ ਜੀ, ਪ੍ਰਤਾਪ ਸੈਣੀ ਜੀ, ਡਾਕਟਰ ਅਕਸ਼ਰ ਸ਼ਰਮਾ ਜੀ, ਦਵਿੰਦਰ ਰਾਣਾ ਜੀ, ਡਾਕਟਰ ਸੋਮਦੱਤ ਪਾਠਕ ਜੀ, ਸ਼੍ਰੀ ਪ੍ਰਦੀਪ ਸੋਨੀ ਜੀ, ਸ਼੍ਰੀ ਪ੍ਰਵੇਸ਼ ਸੋਨੀ ਜੀ, ਹੋਰ ਸਾਡੇ ਸਾਰੇ ਬਹੁਤ ਹੀ ਆਂਡਾ ਸਾਹਿਬ, ਬਹੁਤ ਹੀ ਸਤਿਕਾਰਯੋਗ ਸਾਰੇ ਨੰਗਲ ਦੇ ਮੌਜ਼ ਸਾਹਿਬਾਨ ਔਰ ਐਡੀ ਵੱਡੀ ਗਿਣਤੀ 'ਚ ਇੱਥੇ ਆਏ ਮੇਰੇ ਸਾਰੇ ਸਤਿਕਾਰਯੋਗ ਬਜ਼ੁਰਗੋ, ਮਾਤਾਓ, ਭੈਣੋ ਔਰ ਨੌਜਵਾਨ ਸਾਥੀਓ, ਸਭ ਤੋਂ ਮੈਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਕੂਰ ਹੈ, ਬਹੁਤ ਰਿਣੀ ਹੈ, ਖਾਸ ਕਰ ਸਾਡੀਆਂ ਮਾਤਾਵਾਂ ਔਰ ਭੈਣਾਂ ਦਾ ਜਿਹੜਾ ਇੰਨੀ ਠੰਡ ਦੇ ਵਿੱਚ, ਲੋਹੜੀ ਤੋਂ ਬਾਅਦ ਤਾਂ ਵੈਸੇ ਠੰਡ ਘਟਣੀ ਚਾਹੀਦੀ ਹੈ, ਪਰ ਦੁਨੀਆ ਜਿਹੜਾ ਮੌਸਮ ਬਦਲ ਰਿਹਾ ਉਹਦਾ ਅਸਰ ਆਪਾਂ ਨੂੰ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਕਿ ਲੋਹੜੀ ਤੋਂ ਬਾਅਦ ਠੰਡ ਵੱਧ ਰਹੀ ਹੈ ਘਟਣ ਦੀ ਜਗ੍ਹਾ। ਪਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰ ਹੈ, ਬਹੁਤ ਧੰਨਵਾਦੀ ਹੈ, ਤੁਸੀਂ ਐਡੀ ਵੱਡੀ ਗਿਣਤੀ 'ਚ ਇੱਥੇ ਇਸ ਬਹੁਤ ਹੀ ਪਵਿੱਤਰ ਪਾਵਨ ਸਥਾਨ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੇ ਵਿੱਚ ਇਕੱਤਰ ਹੋਏ। ਅੱਜ ਤੋਂ 3 ਮਹੀਨੇ ਪਹਿਲੇ ਜਦੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸੀਗਾ, ਇੱਥੇ ਆਉਣ ਦਾ ਮੌਕਾ ਮਿਲਿਆ ਸੀਗਾ ਔਰ ਡਾਕਟਰ ਸੁਖਚੈਨ ਕਮਾਂਡੋ ਜੀ ਔਰ ਉਹਨਾਂ ਦੇ ਸਾਥੀਆਂ ਨੇ ਸਾਨੂੰ ਕੋਈ ਹੁਕਮ ਲਾਇਆ ਸੀ ਔਰ ਅੱਜ ਮੇਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਅਖਤਿਆਰੀ ਕੋਟੇ ਤੋਂ ਆਪਣੇ ਇਸ ਮੰਦਰ ਦੀ ਧਰਮਸ਼ਾਲਾ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਤੁਹਾਡੇ ਸਪੁਰਦ ਕਰਨਾ। ਮੈਂ ਤੁਹਾਡੇ ਨਾਲ ਸਿਰਫ ਇੱਕ ਬੁਨਿਆਦੀ ਗੱਲ ਸਾਂਝੀ ਕਰਨਾ ਚਾਹੁੰਦਾ। ਇਹ 2024 ਦੀ ਜਿਹੜੀ ਲੋਕ ਸਭਾ ਦੀ ਚੋਣ ਹੈ ਜਿਹੜੀ 1 ਅਪ੍ਰੈਲ-ਮਈ 'ਚ ਹੋਊਗੀ, ਉਹ ਉਨੀ ਹੀ ਇਸ ਮੁਲਕ ਵਾਸਤੇ ਜ਼ਰੂਰੀ ਹੈ ਜਿੰਨੀ ਆਪਣੀ ਆਜ਼ਾਦੀ ਦੀ ਲੜਾਈ ਸੀ, ਕਿਉਂਕਿ ਜਿਹੜੇ ਬੁਨਿਆਦੀ ਅਖਤਿਆਰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਦਿੱਤੇ ਨੇ ਆਪਣੀ ਗੱਲ ਖੁੱਲ੍ਹ ਕੇ ਕਹਿਣ ਦੇ, ਇਜਲਾਸ ਕਰਨ ਦੇ, ਇਹੋ ਜਿਹੇ ਮੀਟਿੰਗਾਂ ਕਰਨ ਦੇ, ਉਹ ਸਾਰੇ ਜਿਹੜੇ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਅਖਤਿਆਰ ਨੇ ਅੱਜ ਖਤਰੇ 'ਚ। ਜਿਹੜੇ ਲੋਕ ਦਿੱਲੀ ਸੱਤਾ 'ਚ ਕਾਬਜ਼ ਨੇ ਉਹ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੰਵਿਧਾਨ ਖਤਮ ਕਰਕੇ ਉਹ ਆਪਣਾ ਸੰਵਿਧਾਨ ਲਾਗੂ ਕਰਨਾ ਚਾਹੁੰਦੇ ਨੇ ਔਰ ਉਹ ਸੰਵਿਧਾਨ ਦੇ ਵਿੱਚ ਇਹ ਜਿਹੜੀ ਬੁਨਿਆਦੀ ਸਾਨੂੰ ਸਹੂਲਤਾਂ ਮਿਲੀਆਂ ਹੋਈਆਂ, ਬੁਨਿਆਦੀ ਆਜ਼ਾਦੀਆਂ ਮਿਲੀਆਂ ਹੋਈਆਂ, ਉਹ ਸਾਰੀਆਂ ਖੁੰਝ ਜਾਣ। ਅਤੇ ਇਸ ਲਈ ਆਉਣ ਵਾਲੇ 2024 ਦੇ ਚੋਣ 'ਚ ਤੁਸੀਂ ਕਿਸੇ ਨੁਮਾਇੰਦੇ ਨੂੰ ਚੁਣਨ ਵਾਸਤੇ ਵੋਟ ਨਹੀਂ ਪਾਉਣੀ ਹੈ,
ਆਪਣੇ ਜਿਹੜੇ ਬੁਨਿਆਦੀ ਅਖਤਿਆਰ ਨੇ ਉਹ ਕਾਬਜ਼ ਰੱਖਣ ਵਾਸਤੇ ਵੋਟ ਕੀਤਾ, ਕਿਉਂਕਿ ਇਹ ਜਿਹੜੇ ਸਾਰੇ ਵਿਕਾਸ ਦੇ ਕੰਮ ਨੇ, ਜਿਹੜੀ ਸਾਡੀ ਧਾਰਮਿਕ ਆਜ਼ਾਦੀ ਹੈ, ਇਹ ਸਾਰੀਆਂ ਜੇ ਬਰਕਰਾਰ ਰਹਿਣਗੀਆਂ ਤਾਂ ਹੀ ਇਸ ਮੁਲਕ ਦੇ ਵਿੱਚ ਜਿਹੜਾ ਲੋਕ ਰਾਜ ਹੈ ਉਹ ਲੋਕ ਰਾਜ ਬਚੂਗਾ। ਔਰ ਇਸ ਲਈ ਸਮੱਸਿਆਵਾਂ ਬਹੁਤ ਨੇ, ਬੇਰੁਜ਼ਗਾਰੀ ਦਾ ਜ਼ਿਕਰ ਹੋਇਆ, ਔਰ ਇਹ ਮਨਭਾਗੀ ਗੱਲ ਹੈਗੀ ਹੈ ਕਿ BBMB 'ਚ ਵੈਕੈਂਸੀਆਂ ਹੋਣ ਦੇ ਬਾਵਜੂਦ BBMB ਦਾ ਜਿਹੜਾ ਬੋਰਡ ਹੈ ਉਹ ਇਹ ਵੈਕੈਂਸੀਆਂ ਨਹੀਂ ਭਰਦਾ ਹੈਗਾ। ਮੈਂ ਜਿਹੜੇ ਊਰਜਾ ਮੰਤਰੀ ਨੇ RK ਸਿੰਘ, ਉਹਨਾਂ ਨਾਲ ਕਈ ਵਾਰੀ ਇਸ ਮਸਲੇ ਤੇ ਗੱਲ ਕੀਤੀ, ਲੰਗਲ ਦੀ ਲੀਜ਼ ਬਾਰੇ ਗੱਲ ਕੀਤੀ, ਪਰ ਇਹ ਬਹੁਤ ਮਨਭਾਗੀ ਗੱਲ ਹੈ ਕਿਉਂਕਿ ਭਾਜਪਾ ਦਾ ਪੰਜਾਬ 'ਚ ਹੈ ਕੁਛ ਨਹੀਂ, ਤਾਂ ਇਹਨਾਂ ਦੇ ਵਜ਼ੀਰ ਪੰਜਾਬ ਵਾਸਤੇ ਕੋਈ ਕੰਮ ਕਰਕੇ ਰਾਜ਼ੀ ਨਹੀਂ। ਅਸੀਂ ਪਾਸਪੋਰਟ ਦਾ ਨਵਾਂ ਦਫ਼ਤਰ ਮਨਜ਼ੂਰ ਕਰਾਇਆ ਨਵਾਂ ਸ਼ਹਿਰ, 2 ਸਾਲ ਹੋ ਗਏ ਪੋਸਟ ਆਫਿਸ 'ਚ ਉਹਦੀ ਬਿਲਡਿੰਗ ਬੜੀ ਖੜੀ ਹੈ, ਪਰ ਇਹਨਾਂ ਨੇ ਉਹ ਪੋਸਟ ਆਫਿਸ ਇਸ ਪਾਸਪੋਰਟ ਦਫ਼ਤਰ ਇਸ ਲਈ ਨਹੀਂ ਚੱਲਣ ਦਿੱਤਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਰੋਧੀ ਧੜੇ ਦਾ MP ਹੈ ਜਿਹੜਾ ਰੋਜ਼ ਇਹਨਾਂ ਨੂੰ ਜਦੋਂ ਲੋਕ ਸਭਾ ਦਾ ਇਜਲਾਸ ਚੱਲਦਾ ਹੈ ਰੋਜ਼ ਖਿੱਚਦਾ ਹੈ। ਪਰ ਆਪਾਂ ਤੁਸੀਂ ਫਿਕਰ ਨਾ ਕਰੋ, ਵਕਤ ਬਦਲਣ ਵਾਲਾ ਹੈਗਾ, ਵਕਤ ਬਦਲੇਗਾ। ਇਸ ਮੁਲਕ ਦੇ ਲੋਕ ਬਹੁਤ ਸਮਝਦਾਰ ਨੇ, ਬਹੁਤ ਸੂਝਵਾਨ ਨੇ। ਤੁਹਾਨੂੰ ਸਾਰਿਆਂ ਨੂੰ ਬਸ ਇੰਨੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਸੋਚ ਸਮਝ ਕੇ ਤਜਰਬਾ ਕਰੀਓ, ਕਿਉਂਕਿ ਇੱਕ ਤਜਰਬਾ ਆਪਾਂ ਕਰਕੇ ਦੇਖਿਆ March 2022 'ਚ, ਖਾਸ ਕਰ ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਨੇ ਉਹਨਾਂ ਨੇ ਬਹੁਤ ਗੱਜ ਵੱਜ ਕੇ ਇਹ ਜਿਹੜੀ ਸਰਕਾਰ ਹੈ ਉਹਦਾ ਸਮਰਥਨ ਕੀਤਾ, ਔਰ ਭੈਣਾਂ ਨੂੰ ਸਾਡੀਆਂ ਵਾਅਦਾ ਕੀਤਾ ਗਿਆ ਸੀਗਾ ਕਿ 1000 ਰੁਪਇਆ ਮਹੀਨਾ ਹੀ ਤੁਹਾਡੇ ਖਾਤੇ 'ਚ ਪਾਵਾਂਗੇ। ਹੁਣ ਤੱਕ ਤਾਂ 22,000 ਰੁਪਇਆ ਬਣ ਜਾਂਦਾ ਹੈਗਾ, ਮੈਨੂੰ ਨਹੀਂ ਲੱਗਦਾ ਕਿ 22 ਰੁਪਏ ਵੀ ਕਿਸੇ ਦੇ ਖਾਤੇ 'ਚ ਪਾਏ ਹੋਣੇ ਇਹਨਾਂ ਨੇ। ਪਰ ਇਹ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਇੱਕ ਕਿਸ਼ਤ ਜ਼ਰੂਰ ਪਾਉਣਗੇ ਕਿਉਂਕਿ ਵੋਟਾਂ ਤੁਹਾਡੀਆਂ ਫੇਰ ਲੈਣੀਆਂ ਨੇ। ਉਸ ਬਹਿਕਾਵੇ 'ਚ ਨਾ ਆਈਓ, ਪਹਿਲੇ ਇਹਨਾਂ ਨੂੰ ਕਹੋ ਕਿ March 2022 ਤੋਂ ਵਿਆਜ ਸਮੇਤ ਜਿਹੜਾ ਤੁਹਾਡਾ ਪੈਸਾ ਬਣਦਾ ਹੈ, ਜਿਹੜਾ ਤੁਸੀਂ ਵਾਅਦਾ ਕੀਤਾ ਹੈਗਾ, ਉਹ ਪੈਸਾ ਕਿਆ ਕਹਿੰਦੇ ਨੇ ਸਾਡੇ ਖਾਤਿਆਂ 'ਚ ਪਾਓ, ਕਿਉਂਕਿ ਉਸ ਤੋਂ ਬਾਅਦ ਕੋਈ ਕਿਸ਼ਤ ਨਹੀਂ ਆਉਣੀ ਕਿਉਂਕਿ ਪੰਜਾਬ ਸਰਕਾਰ ਕੋਲ ਜ਼ਹਿਰ ਖਾਣ ਜੋਗਾ ਪਾਇਆ। ਇਹ ਕਰਜ਼ਾ ਲੈ ਕੇ ਤਾਂ ਜਿਹੜੀ ਵਿਆਜ ਦੀ ਕਿਸ਼ਤ ਹੈ ਕਰਜ਼ੇ ਦੀ ਉਹ ਚੁਕਾਉਂਦੇ ਨੇ, ਅਤੇ ਇਸ ਲਈ ਇਸ ਮੁਲਕ ਨੂੰ, ਇਸ ਸੂਬੇ ਨੂੰ ਔਰ ਇਸ ਮੁਲਕ ਨੂੰ ਇੱਕ ਬਹੁਤ ਸੂਝਵਾਨ ਲੀਡਰਸ਼ਿਪ ਦੀ ਲੋੜ ਹੈਗੀ ਹੈ ਜਿਹੜੀ ਸਿਰਫ ਕਾਂਗਰਸ ਪਾਰਟੀ ਦੇ ਸਕਦੀ। ਔਰ ਇਸ ਲਈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੇ 2024 ਦੀ ਚੋਣ ਦੇ ਵਿੱਚ ਇੱਕ ਇਹੋ ਜਿਹਾ ਤੁਸੀਂ ਦੁਬਾਰਾ ਤੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਜਿਹਦੇ ਨਾਲ 140 ਕਰੋੜ ਜਿਹੜੇ ਇਸ ਮੁਲਕ ਦੇ ਲੋਕ ਨੇ ਉਹਨਾਂ ਵਾਸਤੇ ਦੁਬਾਰਾ ਕੰਮ ਸ਼ੁਰੂ ਹੋਵੇ, ਨਾ ਕਿ ਇੱਕ ਸਰਮਾਏਦਾਰ ਵਾਸਤੇ ਜੋ ਪਿਛਲੇ 10 ਵਰ੍ਹਿਆਂ ਤੋਂ ਹੋ ਰਿਹਾ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਤੁਸੀਂ ਇੱਥੇ ਸੱਦਿਆ, ਮਾਨ ਸਤਿਕਾਰ ਬਖਸ਼ਿਆ, ਮੈਂ ਤੁਹਾਡਾ ਬਹੁਤ ਰਿਣੀ ਹੈ। ਔਰ ਮੈਂ ਹੁਣ ਕਮਾਂਡੋ ਜੀ ਔਰ ਉਹਨਾਂ ਦੇ ਸਾਥੀ ਨੂੰ ਜੈ ਸ਼੍ਰੀ ਰਾਮ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਨੀਸ਼ ਤਿਵਾੜੀ ਜੀ, ਸਭ ਤੋਂ ਪਹਿਲਾਂ ਅਸੀਂ ਸਾਰੇ ਉਹਨਾਂ ਦਾ ਇਸ ਪ੍ਰੋਗਰਾਮ 'ਚ ਆਉਂਦੇ ਆਗਰ ਆਖਦੇ ਹਾਂ। ਜਿਸ ਤਰੀਕੇ ਦੇ ਨਾਲ ਦੇਖੋ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ
ਅੱਜ ਤੋਂ ਪਹਿਲਾਂ ਬਹੁਤ ਸਾਰੇ ਲੀਡਰ ਸਾਹਿਬਾਨ ਕਈਆਂ ਨੂੰ ਅਸੀਂ ਜਿਤਾ ਕੇ ਭੇਜਿਆ, ਪਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਵੀ ਅਸੀਂ ਆਪਣੇ ਲੀਡਰ ਮਨੀਸ਼ ਤਿਵਾੜੀ ਜੀ ਦੀ ਗੱਲ ਕਰਦੇ ਹਾਂ, ਜਦੋਂ ਵੀ ਸਾਡੇ ਇਲਾਕੇ ਦੇ ਵਿੱਚੋਂ ਕਿਸੇ ਨੇ ਇੱਕ ਆਵਾਜ਼ ਮਾਰੀ ਹੈ ਜਿੱਥੇ ਮਦਦ ਦੀ ਲੋੜ ਹੈ, ਸਭ ਤੋਂ ਪਹਿਲਾਂ ਆ ਕੇ ਤਿਵਾੜੀ ਸਾਹਿਬ ਸਭ ਤੋਂ ਅੱਗੇ ਆ ਕੇ ਖੜੇ ਹੋਏ ਆ। ਮੈਂ ਚਾਹੁੰਦਾ ਕਿ ਜ਼ੋਰਦਾਰ ਤਾੜੀਆਂ ਇੱਕ ਵਾਰੀ ਤਿਵਾੜੀ ਸਾਹਿਬ ਦੇ ਇੱਕ ਵਾਰੀ। ਜਦੋਂ ਵੀ ਕਿਸੇ ਵੀ ਵਰਗ ਨੇ ਕਿਸੇ ਸਮੁਦਾਇ ਨੇ ਤਿਵਾੜੀ ਸਾਹਿਬ ਦੇ ਅੱਗੇ ਆਪਣੀ ਡਿਮਾਂਡ ਰੱਖੀ ਹੈ, ਉਹਨਾਂ ਨੇ ਸਭ ਤੋਂ ਅੱਗੇ ਆ ਕੇ ਪੂਰੀ ਕੀਤੀ ਹੈ। ਔਰ ਸਾਨੂੰ ਇਸ ਗੱਲ ਦਾ ਵੀ ਬੜਾ ਮਾਣ ਹੈ ਕਿ ਅੱਜ ਇਹਨਾਂ ਦੀ ਲੀਡਰਸ਼ਿਪ ਕਾਰਜਕਾਲ ਪੂਰਾ ਹੋਣ ਵਾਲਾ ਹੈ, ਇਲੈਕਸ਼ਨ ਦੁਬਾਰਾ ਆਉਣ ਵਾਲੇ ਹੈ, ਤੇ ਸਾਡੇ ਲੀਡਰ ਦੇ ਉੱਤੇ ਇੱਕ ਵੀ ਦਾਗ ਨਹੀਂ ਹੈ। ਕੋਈ ਬੰਦਾ ਖੜਾ ਹੋ ਕੇ ਇੱਕ ਚਾਹ ਦੇ ਕੱਪ ਦਾ ਇਲਜ਼ਾਮ ਲਾ ਦੇਵੇ ਤਿਵਾੜੀ ਸਾਹਿਬ ਦੇ ਉੱਤੇ, ਅਸੀਂ ਦੇਣ ਦਾ ਹੋਵਾਂਗੇ। ਤਿਵਾੜੀ ਸਾਹਿਬ ਦੇ ਉੱਤੇ ਸਾਨੂੰ ਇੰਨਾ ਕੁ ਮਾਣ ਹੈ ਕਿ ਅਸੀਂ ਉਹਨਾਂ ਦੀ ਗਰੰਟੀ ਵੀ ਚੱਕਦੇ ਹਾਂ, ਔਰ ਸਾਨੂੰ ਉਦੋਂ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਸਾਡੇ ਲੀਡਰ ਦੀ ਤਾਰੀਫ ਕਰਦੇ ਹਾਂ। ਸੋ ਮੈਂ ਸਾਰੇ ਹੀ ਸਾਥੀਆਂ ਨੂੰ ਵੀ ਅਪੀਲ ਕਰੂੰਗਾ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਅਸੀਂ ਜਿੱਦਾਂ ਪਿਛਲੀ ਵਾਰ ਤਿਵਾੜੀ ਸਾਹਿਬ ਨੂੰ ਜਿਤਾ ਕੇ ਭੇਜਿਆ ਸੀ, ਅਸੀਂ ਇਸ ਵਾਰ ਤੋਂ ਵੀ ਵੱਡੇ ਮਾਰਜਨ ਨਾਲ ਇੱਥੋਂ ਜਿਤਾ ਕੇ ਭੇਜਣਾ ਹੈ, ਤੇ ਸਾਰਿਆਂ ਦਾ ਭਰਪੂਰ ਸਾਥ ਚਾਹੀਦਾ। ਇੱਕ ਵਾਰੀ ਫਿਰ ਮੈਂ ਤਿਵਾੜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।